प्यारे बच्चों आज हम बात करेंगे 5वीं क्लास दी 2023-24 दी बोर्ड दी परीक्षा ਦੇ ਬਾਰੇ ਵਿੱਚ ਕਿ ਕਿਸ ਤਰ੍ਹਾਂ ਪੇਪਰ ਆਣਾ ਤੇ ਕਿਹੜੇ ਕਿਹੜੇ ਸਬਜੈਕਟਸ ਦਾ ਪੇਪਰ ਹੋਣਾ ਤੇ ਕਿੰਨੇ ਕਿੰਨੇ ਨੰਬਰ ਦਾ ਹੋਣਾ ਤੇ ਬੱਚਿਓ ਆ ਦੇਖੋ ਬੋਰਡ ਵੱਲੋਂ ਇਨਸਟਰਕਸ਼ਨਸ ਆ ਚੁੱਕੀਆਂ ਆ ਜਿਹਦੇ ਵਿੱਚ ਬੱਚਿਓ ਅਸੀਂ 메ਨ ਪੰਜ ਸਬਜੈਕਟ ਜਿਹੜੇ ਆ ਉਹ ਥਿਉਰੀ ਦਾ ਪੇਪਰ ਹੋਣਾ ਤੁਹਾਡਾ ਇਹ ਹਰੇਕ ਸਬਜੈਕਟ ਜਿਹੜਾ ਉਹ 100-100 ਨੰਬਰ ਦਾ ਆ ਇਹਦੇ ਵਿੱਚ ਬੱਚਿਓ ਤਿੰਨ ਲੈਂਗੁਏजेस ਆ ਸਾਡੀ ਫਰਸਟ ਲੈਂਗੁਏਜ ਹੈਗੀ ਪੰਜਾਬੀ ਸੈਕੰਡ ਲੈਂਗੁਏਜ ਹੈਗੀ ਹਿੰਦੀ ਤੇ ਥਰਡ ਲੈਂਗੁਏਜ ਹੈਗੀ ਇੰਗਲਿਸ਼ ਠੀਕ ਹੈ ਤਿੰਨ ਮੇਨ ਲੈਂਗੁਏजेस ਹੋ ਗਈਆਂ ਜਿਹਦੇ ਵਿੱਚੋਂ ਬੱਚੋ 100 ਮਾਰਕਸ ਦਾ ਪੇਪਰ ਆਣਾ ਇਹਦੇ ਵਿੱਚੋਂ 80 ਮਾਰਕਸ ਦਾ ਪੇਪਰ ਜਿਹੜਾ ਉਹ ਤੁਹਾਡਾ ਰਿਟਰਨ ਹੋਣਾ ਆ ਤੇ 20 ਮਾਰਕਸ ਜਿਹੜੇ ਆ ਉਹ ਸਕੂਲ ਵੱਲੋਂ ਤੁਹਾਡੇ ਟੈਸਟ ਦੇ ਬੇਸ ਤੇ ਜਾਂ ਜੋ ਤੁਹਾਡੀ ਡੇਲੀ ਪਰਫਾਰਮੈਂਸ ਆ ਉਹਦੇ ਹਿਸਾਬ ਨਾਲ ਲੱਗਨੇ ਆ ਹਾਂਜੀ ਬੱਚਿਓ ਉਸ ਤੋਂ ਬਾਅਦ ਹੈਗਾ ਮੈਥਮੈਟਿਕਸ ਤੇ ایਵੀਐਸ ਇਹ ਦੋਨੋਂ ਸਬਜੈਕਟਸ ਜਿਹੜੇ ਇਹਦੇ ਵੀ 880 ਮਾਰਕਸ ਥਿਉਰੀ ਦੇ ਹੋਣਗੇ ਤੇ 20 20 ਮਾਰਕਸ ਜਿਹੜੇ ਉਹ ਸੀਸੀ ਦੇ ਲੱਗਣੇ ਹਾਂਜੀ ਬੱਚੋ ਪਿਛਲੇ ਸਾਲ ਨਾ ਵੈਲਕਮ ਲਾਈਫ ਜਿਹੜਾ ਉਹ ਵੀ ਥਿਉਰੀ ਵਾਲਾ ਸਬਜੈਕਟ ਸੀਗਾ ਬਟ ਇਸ ਵਾਰ ਨਹੀਂ ਹੈਗਾ ਇਸ ਵਾਰ ਵੈਲਕਮ ਲਾਈਫ ਤੇ ਫਿਜ਼ੀਕਲ ਐਜੂਕੇਸ਼ਨ ਜਿਹੜੀ ਹੈ ਇਹ ਪ੍ਰੈਕਟੀਕਲ ਬੇਸਡ ਹੈ ਇਹ ਤੁਹਾਡੇ ਸਕੂਲ ਦੇ ਵਿੱਚ ਹੀ ਤੁਹਾਡੇ ਜਿਹੜੇ ਐਗਜ਼ਾਮ ਹੋਣਗੇ ਤੇ ਉਹਦੇ ਬੇਸ ਤੇ ਹੀ ਤੁਹਾਡੇ ਨੰਬਰ ਲੱਗਣੇ ਆ ਇਸ ਕਰਕੇ ਬੱਚਿਓ ਪਾਸ ਹੋਣ ਲਈ ਤੁਹਾਨੂੰ 500 ਨੰਬਰ ਦਾ ਜਿਹੜਾ ਪੇਪਰ ਕਰਨਾ ਹੋਏਗਾ ਜਿਹਦੇ ਵਿੱਚੋਂ ਇਹ ਜਿਹੜੇ 100 ਨੰਬਰ ਜਿਹੜੇ ਆ ਉਹ ਸਕੂਲ ਵੱਲੋਂ ਲੱਗਣੇ ਆ ਠੀਕ ਹੈ 400 ਨੰਬਰਾਂ ਦੇ ਵਿੱਚੋਂ ਤੁਹਾਨੂੰ ਨੰਬਰ ਲੈਣੇ ਪੈਣੇ ਆ ਬੱਚਿਓ 33% 400 ਦੇ ਵਿੱਚੋਂ 33% ਨੰਬਰ ਅਗਰ ਤੁਸੀਂ ਲਾ ਜਾਂਦੇ ਆ ਤਾਂ ਤੁਸੀਂ ਪਾਸ ਹੋ ਸਕਦੇ ਆ ਬਟ ਬੱਚਿਓ ਇਹ ਹੈਗਾ ਕਿ ਹਰੇਕ ਸਬਜੈਕਟ ਵਿੱਚੋਂ ਪਾਸ ਹੋਣਾ ਜ਼ਰੂਰੀ ਆ ਸਪੈਸ਼ਲੀ ਪੰਜਾਬੀ ਲੈਂਗੁਏਜ ਦੇ ਵਿੱਚੋਂ ਤੇ ਬਾਕੀ ਸਬਜੈਕਟਸ ਵਿੱਚੋਂ ਵੀ ਪਾਸ ਹੋਣਾ ਜ਼ਰੂਰੀ ਹੈ ਕਿਉਂਕਿ 5ਵੀਂ ਕਲਾਸ ਦੇ ਵਿੱਚ ਇਸ ਤਰ੍ਹਾਂ ਨਹੀਂ ਹੈਗਾ ਕਿ ਕੋਈ ਇੱਕ ਸਬਜੈਕਟ ਅਗਰ ਤੁਸੀਂ ਫੇਲ ਕਰਦੇ ਹੋ ਤੇ ਤੁਹਾਨੂੰ ਰੀ ਅਪੀਅਰ ਦਿੱਤੀ ਜਾਏ ਇਹਦੇ ਵਿੱਚ ਨਹੀਂ ਹੈਗਾ ਇਹਦੇ ਵਿੱਚ ਹੈਗਾ ਕਿ ਤੁਹਾਨੂੰ ਸਾਰੇ ਹੀ ਸਬਜੈਕਟ ਜਿਹੜੇ ਉਹ ਪਾਸ ਕਰਨੇ ਹੀ ਪੈਣੇ ਆ ਹਾਂਜੀ ਬੱਚੋ ਅਗਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਆ ਜਿਹੜੇ ਹਰੇਕ ਸਬਜੈਕਟ ਦੇ 80 ਮਾਰਕਸ ਹੈ ਉਹ ਕਿਵੇਂ ਆ ਉਹਦਾ ਪੇਪਰ ਦਾ ਸਟਾਈਲ ਕੀ ਹੈ